ਨਹੀਂ ਕਿਸ ਕਾਲ ਲੰਡਨ ਐਕਸਪੀਰੀਅੰਸ ਦੇ ਵਿੱਚ ਜਦੋਂ ਵੀ ਆਉਣਾ ਆਇਆ ਬ੍ਰਿਜ ਕਦੋਂ ਕਦੋਂ ਭਾਵੇਂ ਬ੍ਰਿਜ ਬੜਾ जे तेरी वीडियो डंडा आता है ना तेरा मूड हो गया है मैंने ब्लॉग बनाने का जमा मूड नहीं है धक्के ना बनाया मेरा अच्छा एक दो तीन पंप दिते ने मैं सिमरन दी ने दो तीन पंप दिते सीरियस वाले सीरियस वाले भैन सत श्रीकाल आप कितने आ गए टेढ़ी जी बनाई हुई है अच्छा यही स्काई गार्डन नहीं था कुड़ी की बची हुई है बड़ी लहर लगन दी आदे पढ़ाई की साहब दिया मुंह नहीं चेक होता है इधर सिरा अबे यार टीडी बिल्डिंग की स्काई गार्डन यार छितर ना खाली आ देखो बग्गी चक्कर लग गया काके दी मेरे तो लाइट तो नहीं पैंदी होनी बट बड़ा सोहना वा व्यू इत 35वीं मंजिल ते आ हजे टेढ़ी जी बिल्डिंग आ बाबे बड़ी सिरा आ वैसे लंडन आए नहीं दिखा मैनू दीदी लंडन ब्रिज नहीं दिखता उधरली साइड तो इधर ही लंडन ब्रिज ओए सिरा सिरा मैं हजे उत्थे गया नहीं हजे मैं जाके देखना दीदी होनी किधर भज गए यार ओ जांदे जा तगड़ा तगड़ा जुगाड़ बाबे आ चेक कर भाई इतने ना लंडन ब्रिज का व्यू बड़ा सोहना होंगे बट मैं गया नहीं उधरली साइड तो हों की भी बिल्डिंग टेढ़ी जी आ जिदा देखो आ देखो आ देखो इतों सीधी आ उधरों विंगी हुई थी जाके हैगी सिरा है बाबे बाबे मैं पता ही नहीं आप लंडन ब्रिज जाना है मैं कहना पेंड वालों सारा दिखा देना अज जिदन का मैं लंडन च आया तो चार मंथ हो गए मैं अज इंग्लैंड वाली फीलिंग आई है नहीं तो बाबे इतों देखी लंडन ब्रिज कि घंट लगता बच्चा गवाचा
ਚੌਂ 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 ਮਤਲਬ ਚਾਈਨਾ ਵਾਲਾ ਰੈਸਟੋਰੈਂਟ ਆ ਤੇ ਆਹ ਆਹ ਦੇਖੀ ਲੈ ਯਾਰ ਕੀ ਹੁੰਦੀ ਦੇਖੀ ਹਾਂ ਪਰ ਇਹ ਹੈਗਾ ਰੈਸਟੋਰੈਂਟ ਚੌਂ ਚੌਂ ਉਹ ਭਾਜੀ ਹੁਣੀ ਭਾਜੀ ਗਈ ਚੌਂ ਚੌਂ ਰੈਸਟੋਰੈਂਟ ਸਕਾਈ ਗਾਰਡਨ ਤੋਂ ਬਾਅਦ ਚੌਂ ਚੌਂ ਰੈਸਟੋਰੈਂਟ ਦੇਖਿਆ ਚੌਂ ਚੌਂ ਰੈਸਟੋਰੈਂਟ ਤੋਂ ਬਾਅਦ ਆਪਾਂ ਸਿੱਧੇ ਜਾਣ ਡਿਆ ਲੰਡਨ ਬ੍ਰਿਜ ਬਾਬਿਓ ਗਏ ਲੰਡਨ ਬ੍ਰਿਜ ਬਾਬੇ ਚਾਹ ਹੀ ਬੜਾ ਆਈ ਯਾਰ ਆਈ ਇੰਨਾ ਹੈ ਨਾ ਸਿਰਾ ਉਹ ਬਾਬੇ ਸੱਚੀ ਉਦੋਂ ਇਹਨੇ ਤਰਸਾਇਆ ਸੀ ਮੈਨੂੰ ਆਹ ਵਾਲੀ ਨੇ ਆਹ ਭਾਜੀ ਤੁਹਾਨੂੰ ਕਹਿਣ ਡਿਆ ਬਾਬੇ ਤੁਹਾਨੂੰ ਊਤ ਜਿੱਡੀ ਬਿਲਡਿੰਗ ਦਿਖਾਵਾਂ ਕੀ ਹੈ ਕੀ ਲੈ ਰਿਹਾ ਇਹ ਉਸਤਾਦ ਦਾ ਸ਼ੂਟ ਹੋਇਆ ਸੀ ਨਾ ਜਿੱਥੇ ਮੈਂ ਉੱਥੇ ਜ਼ਰੂਰ ਵੀਡੀਓ ਬਣਾਉਣੀ ਆ ਆਪਦੀ ਆਪਾਂ ਹੁਣ ਸ਼ਾਮ ਰਾਤ ਨੂੰ ਬਣਾਈਏ ਬਟ ਬਣਾਵਾਂਗੇ ਜ਼ਰੂਰ ਮੈਨੂੰ ਬੜਾ ਚਾਅ ਲੰਡਨ ਬ੍ਰਿਜ ਦਾ ਯਾਰ ਦੇ ਇਲਾਕਾ ਦਾ ਸੂ ਚੰਡਿਆ ਸੀ ਲੰਡਨ ਬ੍ਰਿਜ ਆ ਲੰਡਨ ਬ੍ਰਿਜ ਆ ਲੰਡਨ ਬ੍ਰਿਜ ਆ ਕੇ ਪਿਛਲੀ ਵਾਰੀ ਵੀ ਵਲੋਗ ਪਾਇਆ ਉਦੋਂ ਵੀ ਆਉਣ ਲੱਗੇ ਕੈਂਸਲ ਹੋ ਗਿਆ ਬਟ ਯਾਰ ਹਾਂ ਇੱਦਾਂ ਆ ਜੋ ਚੀਜ਼ ਫਿਲਮਾਂ 'ਚ ਦੇਖੀ ਉਹ ਚੀਜ਼ ਅੱਜ ਮੈਂ ਰਿਐਲਿਟੀ 'ਚ ਦੇਖੀ ਆ ਬੜਾ ਲਹਿਰ ਆ ਬਾਬੇ ਨਾਂਦਾ ਬਾਬਾ ਸਿਰਾ ਕਿਸੇ ਨੂੰ ਕਿਸੇ ਨਾਲ ਕੋਈ ਮਤਲਬ ਸਾਰੇ ਨਜ਼ਾਰੇ ਲੈਣ ਡੇ ਆਪਣੇ ਆਪਣੇ ਵਲੋਗ ਮੈਂ ਕਿੰਨੇ ਦਿਨਾਂ ਬਾਅਦ ਕੰਟੀਨਿਊ ਕਰਨ ਡਿਆ ਕੰਮ ਦਾ ਕਰਕੇ ਕਿਉਂਕਿ ਟਾਈਮ ਨਹੀਂ ਸੀ ਲੱਗ ਰਿਹਾ ਤਾਂ ਹੁਣ ਆਪਾਂ ਵਲੋਗ ਬਣਾਉਣੇ ਫਿਰ ਦੁਬਾਰਾ ਸ਼ੁਰੂ ਕਰਨ ਡੇ ਬਣਾਉਣੇ ਤਾਂ ਪਹਿਲਾਂ ਸ਼ੁਰੂ ਕੀਤੇ ਹੋਏ ਮਤਲਬ ਦੋ ਤਿੰਨ ਚਾੜੇ ਵੀ ਹੋਏ ਆ ਰਿਲੀਜ਼ ਨਹੀਂ ਕੀਤੇ ਆਪਾਂ ਸਿੱਧਾ ਆਹ ਰਿਲੀਜ਼ ਕਰ ਦੇਣਾ ਕਿਉਂਕਿ ਮੈਨੂੰ ਵਧੀਆ ਲੱਗ ਰਿਹਾ ਭਾਜੀ ਆਪਾਂ ਇੱਥੋਂ ਥੱਲੇ ਤੁਰ ਕੇ ਜਾਣਾ ਥੱਲੇ ਤੁਰ ਕੇ ਜਾਣਾ ਇੱਥੋਂ ਤੁਰ ਕੇ ਜਾਣਾ ਬਾਬੇ ਵਿਊ ਓਏ ਹੋਏ 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 ਓਏ ਹੋਏ ਹੋਏ ਆਹ ਕੀ ਹੋਏ ਬਾਬੇ ਚੱਕ ਬੜਾ ਸੋਹਣਾ ਲੱਗਣ ਡਿਆ ਇੱਕ ਆਹ ਨਾਲ ਹੀ ਬਿਲਡਿੰਗ ਆ ਪਾਣੀ ਦਾ ਵਿਊ ਪੁਲ ਦਾ ਵਿਊ ਬਾਬੇ ਮੈਂ ਤਾਂ ਪਿੱਛੋਂ ਹੁਣ ਦੇਖਿਆ ਉਹ ਕੀ ਲੈ ਰਿਹਾ ਯਾਰ ਉਹ ਉੱਥੇ ਉਹ ਪਤਾ ਨਹੀਂ ਕੀ ਪਿਆ ਵਾ ਬਟ ਬਾਬੇ ਇੰਨਾ ਸੋਹਣਾ ਆਉਣ ਡਿਆ ਨਾ ਬਾਹਲੀ ਘੈਂਟ ਗੱਲਬਾਤ ਆ ਮੈਂ ਤੇ ਉਹ ਸ਼ਿਪ ਵੀ ਖੜੀ ਆ ਸ਼ਿਪ ਖੜੀ ਦਿਖਾਵਾਂ ਤੁਹਾਨੂੰ ਉਹਦੇ ਸੋਹਣਾ ਲੱਗਦਾ ਪਿਆ ਬਾਬੇ ਬਾਹਲਾ ਸੋਹਣਾ ਲੱਗਦਾ ਪਿਆ ਰਾਤ ਨੂੰ ਤਾਂ ਸਿਰਾ ਇੱਕ ਦਿਨ ਪਹਿਲਾਂ ਹੀ ਆ ਗਏ ਮੈਨੂੰ ਤਾਂ ਪਤਾ ਹੀ ਨਹੀਂ ਲੰਡਨ ਬ੍ਰਿਜ ਜਾਣਾ ਮੈਂ ਉੱਧਰ ਤੁਰਿਆ ਹੁੰਦਾ ਆਪਣੇ ਸਕਾਈ ਗਾਰਡਨ ਦਾ ਕਰਕੇ ਤੁਰੇ ਦੀਦੀ ਕਹਿੰਦੇ ਆਪਾਂ ਜਾਣਾ ਜਾਣਾ ਕੰਮ ਤੋਂ ਆਇਆ ਭੱਜਿਆ ਆਇਆ ਉਹੀ ਕੱਪੜੇ 'ਚ ਮੈਂ ਜੈਕਟ ਪਾਈ ਤੁਰ ਪਿਆ ਬਟ ਬਾਬੇ ਸਿਰਾ ਜਿਹੜੇ ਜਿਹੜੇ ਮੇਰੇ ਭੈਣ ਭਰਾ ਸਾਡੇ ਪਿੰਡ ਦੀ ਕਾਫੀ ਲੇਬਰ ਵੀ ਇੱਥੇ ਆ ਅਤੇ ਜ਼ਰੂਰ ਉਹਨਾਂ ਨੂੰ ਟੱਕਰ ਕੇ ਵੀ ਆਪਾਂ ਇੱਥੇ ਘੁੰਮਣ ਫਿਰਨ ਕੱਢਣਾ ਆ ਬਾਬੇ ਆਹ ਲਹਿਰਾਂ ਲੱਭਣੀਆਂ ਕਿਤੇ ਓਏ ਹੋਏ ਹੋਏ ਸਿਰਾ ਮੈਂ ਨਾ ਇੱਕ ਵਾਰੀ ਮੰਮੀ ਆਪਣੀ ਲੈ ਕੇ ਆਉਣੀ ਇੱਥੇ ਜ਼ਰੂਰ ਮੈਂ ਮੰਮੀ ਨੂੰ ਵੀਡੀਓ ਕਾਲ 'ਤੇ ਅੱਗੇ ਦਿਖਾਉਂਦਾ ਸਕਾਈ ਗਾਰਡਨ ਬਾਹਲਾ ਲਹਿਰ ਮੈਂ ਕਿਹਾ ਮਾਤਾ ਆਪਾਂ ਜਦੋਂ ਤੈਨੂੰ ਲੈ ਕੇ ਆਉਣਾ ਮੈਂ ਇੱਥੇ ਜ਼ਰੂਰ ਲੈ ਕੇ ਆਉਣਾ ਬਾਹਲਾ ਸੋਹਣਾ ਵਿਊ ਹੈ ਯਾਰ ਬਾਬੇ ਗੇਟ ਬੰਦ ਆ ਵਾਲਾ ਨਹੀਂ ਤਾਂ ਕੋਲੋਂ ਜਾਣਾ ਸੀ ਇੱਥੋਂ ਦੀ ਜਾਣਾ ਸੀ ਆਪਾਂ ਫਿਰ ਪਰ ਇਹ ਗੇਟ ਬੰਦ ਆ ਹੁਣ ਵੜਨਾ ਪੈਣਾ ਯਾਰ ਪਾਪਾ ਵਰਦਾਨ ਦੀ ਫੁੱਲ ਸੇਵਾ ਹੋ ਰਹੀ ਆ ਯੂ ਨੋ ਗਾਇਸ ਰਾਇਲ ਬੰਦਾ ਬ੍ਰਿਟਿਸ਼ ਬੌਂਡ ਦੀ ਸੇਵਾ ਕੀਤੀ ਹੋ ਜੀ ਪਹੁੰਚ ਕੇ ਆਪਾਂ ਲੰਡਨ ਬ੍ਰਿਜ ਦੇ ਲਾਗੇ ਦੇਖੀ ਮੈਂ ਜਾਦੂ ਮਾਰਦਾ ਦੇਖੀ ਤੁਹਾਨੂੰ ਦੇਖਦੀ ਹਾਂ ਬਾਬੇ ਕਿਲਾ ਦਿਖਾਵਾਂ ਇਹਨਾਂ ਦਾ ਕੰਨਾਂ ਚ ਮੈਲ ਕੱਢੋ ਪਹਿਲਾਂ ਬਾਬੇ ਬ੍ਰਿਜ ਬੜਾ ਸੋਹਣਾ ਆਉਣ ਡਿਆ ਦੇਖਿਓ ਵਿੱਚ ਲਾਈਟਿੰਗ ਬਹੁਤ ਸੋਹਣੀ ਆ ਲਾਈਟਿੰਗ ਬਹੁਤ ਸੋਹਣੀ ਆ ਔਰ ਜਿਹੜੀ ਬਲੂ ਸ਼ੇਡ ਦਿੱਤੀ ਹੋਈ ਨਾ ਆਹ ਵਾਲੀ ਬਾਹਲੀ ਨੋਣੀ ਲੱਗਣ ਡਈ ਯਾਰ ਘੈਂਟ ਗੇਮ ਦੇ ਵਿੱਚ ਨਾ ਮੈਂ ਆਹ ਜਿਹੜੀਆਂ ਨਹੀਂ ਬਣੇ ਹੋਏ ਗਾਰਡਰ ਜੇ ਇਹਨਾਂ ਦੇ ਉੱਤੇ ਸਾਈਕਲ ਚਾੜਦਾ ਹੁੰਦਾ ਸੀਗਾ ਉਸਤਾਦ ਵਾਲੀ ਜਗ੍ਹਾ 'ਤੇ ਜਾਣਾ ਆ ਉਹ ਮੇਰੇ ਖਿਆਲ ਉੱਧਰਲੀ ਸਾਈਡ ਆ ਕੇ ਫਿਰ ਅਗਲੀ ਸਾਈਡ ਆ ਐਕਸਪਲੋਰ ਇਨਸਾਈਡ ਟਾਵਰ ਆਫ ਬ੍ਰਿਜ ਮੇਰੇ ਖਿਆਲ ਉੱਪਰ ਲੈ ਕੇ ਜਾਂਦੇ ਆ ਦਿਨੇ ਜੋ ਇੱਥੇ ਸ਼ੂਟ ਹੋਣਾ ਨਾ ਐਂਡ ਗੱਲਬਾਤ ਹੋਣੀ ਐਂਡ ਗੱਲਬਾਤ ਇੱਥੇ ਇੱਕ ਨਾ ਉੱਡੀ ਛੱਤ ਵਾਲੀ ਬੱਸ ਘੁੰਮਦੀ ਆ ਜਿਹੜੀ ਲੰਡਨ ਬ੍ਰਿਜ ਘੁੰਮਾਉਂਦੀ ਆ ਸਾਰਾ ਹੋਰ ਵੀ ਲੰਡਨ ਲੁੰਡਨ ਘੁੰਮਾਉਂਦੀ ਆ ਲੰਡਨ ਬ੍ਰਿਜ ਦੇ ਨਜ਼ਾਰੇ ਲਓ ਨਾਉ ਬਾਬਾ ਕਹਿੰਦਾ ਆਪਾਂ ਜਿੱਥੇ ਸਿੱਧੂ ਮੂਸੇਵਾਲੇ ਦਾ ਸ਼ੂਟ ਹੋਇਆ ਸੀਗਾ ਆਪਾਂ ਤੁਹਾਨੂੰ ਉਹ ਲੋਕੇਸ਼ਨ ਸ਼ੋਅ ਕਰਨੀ ਆ ਦੇਖੋ ਤੁਹਾਨੂੰ ਦਿਖਾਉਣਾ ਹੁਣ ਇੰਨੀ ਸੋਹਣੀ ਲੋਕੇਸ਼ਨ ਆਹ ਇੱਥੋਂ ਆਏ ਸੀ ਆਹ ਲੋਕੇਸ਼ਨ
ਇੱਥੋਂ ਸਤਾਲ ਸਾਡਾ ਤਾਂ ਹੁੰਦਾ ਸਾਡੀ ਸ਼ੂਟ ਵਾਲੀ ਲੋਕੇਸ਼ਨ ਇੱਥੇ ਹਾਰਡ ਬਣਾਇਆ ਹੋਇਆ ਮੈਂ ਸਮਝ ਗਿਆ ਨਹੀਂ ਪਿੱਛੇ ਇਹ ਲੋਕੇਸ਼ਨ ਬਟ ਇਹ ਅੱਗੇ ਸੀਗੀ ਜਿੱਦਾਂ ਲੰਡਨ ਬ੍ਰਿਜ ਤੋਂ ਕ੍ਰੋਸ ਕਰਕੇ ਅੱਗੇ ਹੁੰਦੀ ਆ ਆਪਣੇ ਸਿੱਧੂ ਉਸਤਾਦ ਦੀ ਲੋਕੇਸ਼ਨ ਦਿਖਾਈ ਅਸ ਗਾਣੇ ਦੀ ਜਿਹੜੀ ਕਿ ਮੈਂ ਜਦੋਂ ਗਾਣਾ ਆਇਆ ਸੀ ਨਾ ਉਦੋਂ ਮੈਂ ਸੋਚਦਾ ਹੁੰਦਾ ਕਿ ਇੱਕ ਟਾਈਮ ਬਾਬੇ ਆਹ ਲੋਕੇਸ਼ਨ 'ਤੇ ਜਾਵਾਂਗੇ ਅਤੇ ਗਾਣੇ ਆਏ ਨੂੰ ਤਾਂ ਮੇਰੇ ਖਿਆਲ 3-4 ਸਾਲ ਹੋ ਗਏ ਆ ਬਟ ਆਪਾਂ 3-4 ਸਾਲ ਬਾਅਦ 2023 ਦੇ ਵਿੱਚ ਆਹ ਦਿਖਾਈ ਦਿੱਤੀ ਲੋਕੇਸ਼ਨ ਆਪਣੀ ਯੂਟਿਊਬ ਚੈਨਲ 'ਤੇ ਸੋ ਇਸੇ ਗੱਲ 'ਤੇ ਆਪਣਾ ਵਲੋਗ ਸਕਿੱਪ ਨਾ ਕਰਿਓ ਵਾਚ ਕਰਿਓ ਸਾਰਾ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਅਤੇ ਦੇਖਿਓ ਜ਼ਰੂਰ ਫਿਲਹਾਲ ਆਪਾਂ ਖਾ ਪੀ ਕੇ ਹੈ ਨਾ ਘਰ ਚੱਲੀਏ ਟਾਈਮ ਬਹੁਤ ਹੋ ਗਿਆ ਸਵੇਰੇ ਸ਼ਿਫਟਾਂ 'ਤੇ ਵੀ ਜਾਣਾ ਆ ਤਾਂ ਕਰਕੇ ਨੀਂਦ ਬਹੁਤ ਆਉਂਦੀ ਮੈਂ ਦੂਰ ਆਤਾ ਤਾਂ ਸੁੱਤਾ ਹੀ ਨਹੀਂ ਚੱਜਣਾ ਬਸ ਇੱਦਾਂ ਹੀ ਆ ਤਾਂ ਠਾਂ ਸ਼ਿਫਟੀ ਨਾ ਕਰਕੇ ਤਾਂ ਬਸ ਇੱਦਾਂ ਦੂਰ ਆਤਾ ਨਿਕਲ ਗਈਆਂ ਸੁੱਤੇ ਨਹੀਂ ਕੰਮ ਅਤੇ ਅਗਲੇ ਦਿਨ ਮਤਲਬ ਰਾਤ ਨੂੰ ਨਾ ਨੀਂਦ ਨਹੀਂ ਆਈ ਅਤੇ ਜੇ ਸੋਏ ਨਾ ਤਾਂ ਫਿਰ ਉੱਠ ਨਹੀਂ ਹੋਣਾ ਸਵੇਰੇ ਸੋ ਇੱਦਾਂ ਹੀ ਟਾਈਮ ਆਪਾਂ ਲੰਘਾ ਕੇ ਸਿੱਧਾ ਸਵੇਰੇ ਸ਼ਿਫਟ 'ਤੇ ਚਲੇ ਗਏ ਉਹ ਤੋਂ ਬਾਅਦ ਸ਼ਿਫਟਾਂ ਤੋਂ ਬਾਅਦ ਸਿੱਧਾ ਸ਼ਾਮਾਂ ਨੂੰ ਮੈਂ ਇੱਦਾਂ ਹੀ ਭੱਜਾਂ ਜਾਣ ਕੇ ਕੱਪੜੇ ਬਦਲ ਕੇ ਸਿੱਧਾ ਇਹਨੂੰ ਆ ਗਿਆ ਇਹਨੇ ਕਿਹਾ ਸਕਾਈ ਗਾਰਡਨ ਦਾ ਸੀ ਬਟ ਆਹ ਲੰਡਨ ਬ੍ਰਿਜ ਗਏ ਮੰਮੀ ਨੂੰ ਜ਼ਰੂਰ ਲੈ ਕੇ ਆਉਣਾ ਮੈਂ ਇੱਥੇ ਦੀਦੀ ਆਪਣੀ ਮੈਂ ਮੰਮੀ ਨੂੰ ਅੱਜ ਵੀਡੀਓ ਕਾਲ ਲਾ ਕੇ ਸਾਰਾ ਦਿਖਾਇਆ ਸੀ ਅਤੇ ਮੈਂ ਮੰਮੀ 6 ਮਹੀਨੇ ਨੂੰ ਸਾਲ ਆਉਂਦੇ ਸਾਲ ਨੂੰ ਤੁਹਾਨੂੰ ਆਹ ਚੀਜ਼ ਦਿਖਾਉਣੀ ਆ ਉਹ ਆ ਸਕਾਈ ਗਾਰਡਨ ਅਤੇ ਉਹਦੇ 'ਚ ਗਏ ਸੀਗੇ ਅਸੀਂ ਉੱਪਰ ਜਾ ਕੇ ਦੇਖ ਕੇ ਆਏ ਹਾਂ ਬਟ ਬਹੁਤ ਵਧੀਆ ਯਾਰ ਬਹੁਤ ਸੋਹਣਾ ਵਾ ਵਿਊ ਬਸ ਉੱਥੇ ਮਾਤਾ ਲਿਆਉਣੀ ਆ ਕਰੀ ਹੁਣ ਆ ਪਹਿਲਾਂ ਇਹ ਸੀਗਾ ਕਿ ਹਾਂ ਕਿ ਉਹ ਸ਼ੂਟ ਵਾਲੀ ਲੋਕੇਸ਼ਨ ਦਿਖਾਉਣੀ ਹੁਣ ਇਹ ਆ ਕਿ ਮਾਤਾ ਲੈ ਕੇ ਆਉਣੀ ਚਲੋ ਠੀਕ ਆ ਬਾਬਿਓ ਹੁਣ ਆਪਾਂ ਚੱਲੀਏ ਫੋਨ ਵੀ ਡੈੱਡ ਹੋ ਗਿਆ ਆਹ ਵਲੋਗ ਦੀ ਆਪਾਂ ਐਂਡਿੰਗ ਇੱਥੇ ਕਰ ਦੇਣੀ ਆ ਮਤਲਬ ਘਰੇ ਜਾ ਕੇ ਕਰਦਾ ਮੈਂ ਤਾਂ ਕਹਿੰਦਾ ਚਲ ਘਰੇ ਜਾ ਕੇ ਕਰਦੇ ਇੱਥੇ ਨਹੀਂ ਚੱਲੀਏ ਪਹਿਲਾਂ ਹੁਣ ਖਾਣ ਪੀਣ ਕੀ ਹਾਲ ਚਾਲ ਬਾਬਿਓ ਗੈਂਗ ਅਗਲਾ ਦਿਨ ਆਪਣਾ ਸਕਾਈ ਗਾਰਡਨ ਤੋਂ ਬਾਅਦ ਲੰਡਨ ਵਿੱਚ ਘੁੰਮਣ ਤੋਂ ਬਾਅਦ ਆਪਾਂ ਆ ਗਏ ਸੀ ਸਿੱਧਾ ਘਰ ਆ ਕੇ ਮੈਂ ਬਾਅਦ ਵਿੱਚ ਵਲੋਗ ਕੰਟੀਨਿਊ ਨਹੀਂ ਕੀਤਾ ਬਟ ਮੈਂ ਕਿਹਾ ਚੱਲ ਯਾਰ ਇੰਨਾ ਜ਼ਿਆਦਾ ਥੱਕੇ ਪਏ ਸੀਗੇ ਕਿ ਮੇਰੇ ਤੋਂ ਨਾ ਵਲੋਗ ਕੰਟੀਨਿਊ ਨਹੀਂ ਕਰ ਹੋਇਆ ਮੋਰਨਿੰਗ ਮੇਰੀ ਸ਼ਿਫਟ ਸੀਗੀ ਤਾਂ ਕਰਕੇ ਮੈਂ ਸੋ ਗਿਆ ਸਵੇਰੇ ਸਵੇਰੇ ਉੱਠਿਆ ਸਵੇਰ ਵਾਲੀ ਕੀਤੀ ਫਿਰ ਦੂਜੀ ਕੀਤੀ ਯਾਰ ਇੱਦਾਂ ਹੀ ਬਸ ਦਿਨ ਨਿਕਲ ਗਿਆ ਮੇਰਾ ਪਤਾ ਨਹੀਂ ਲੱਗਾ ਦਿਵਾਲੀ ਵੀ ਸਾਰੀ ਇੱਦਾਂ ਨਿਕਲ ਗਈ ਹੁਣ ਸ਼ਾਮ ਦੇ ਵੱਜੇ ਆ 7 ਅਤੇ ਹੁਣ ਆਪਾਂ ਪਹਿਲਾਂ ਜਾਣਾ ਹੈ ਗੁਰੂ ਘਰ ਜਸਟ ਮੈਨੂੰ ਹੁਣੇ ਆਈ ਨੂੰ ਅੱਧਾ ਘੰਟਾ ਹੋਇਆ ਆ ਅਤੇ ਆਪਾਂ ਅੱਧੇ ਘੰਟੇ ਦੇ ਵਿੱਚ ਰੈਡੀ ਹੋ ਕੇ ਆਪਦੀ ਸਫਾਈ ਕਰਕੇ ਅਤੇ ਗੁਰੂ ਘਰ ਚੱਲੀਏ ਅਤੇ ਗੁਰੂ ਘਰ ਜਾ ਕੇ ਆਪਾਂ ਮੱਥਾ ਟੇਕਿਆ ਯਾਰ ਅਰਦਾਸ ਕਰਿਆ ਜੀ ਮੇਰੇ ਵਰਗੇ ਜਿਹੜੇ ਵੀ ਜਿੰਨੇ ਵੀ ਹੈਗੇ ਆ ਜਾਂ ਹੋਰ ਵੀ ਜਿੰਨੇ ਵੀ ਮੇਰੇ ਵੀਰ ਭਰਾ ਇੱਥੇ ਵਿਹਲੇ ਬੈਠੇ ਆ ਜਿਹਨਾਂ ਨੂੰ ਕੰਮ ਦੀ ਟੈਨਸ਼ਨ ਆ ਰੈਂਟ ਦੀ ਟੈਨਸ਼ਨ ਆ ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵਰਗਿਆਂ ਨੂੰ ਕੰਮ ਮਿਲੇ ਰੈਂਟ ਵੀ ਉਹਨਾਂ ਦਾ ਨਿਕਲੇ ਉਹਨਾਂ ਦਾ ਘਰ ਬਾਰ ਵੀ ਤੁਰੇ ਉਹਨਾਂ ਦਾ ਪਿੱਛਾ ਵੀ ਤੁਰੇ ਸਾਰਿਆਂ ਨੂੰ ਬਾਬਾ ਕਰੇ ਕੰਮ ਮਿਲੇ ਸਾਰਿਆਂ ਨੂੰ ਇਹੋ ਜਿਹੀਆਂ ਵਧੀਆ ਵਧੀਆ ਮਤਲਬ ਸਾਰਿਆਂ ਨੂੰ ਰੱਬ ਤਰੱਕੀਆਂ ਬਖਸ਼ੇ ਸਾਰੇ ਮੇਰੇ ਵੀਰ ਭੈਣ ਭਰਾ ਸੁਖੀ ਰਹਿਣ ਵਧੀਆ ਰਹਿਣ ਖੁਸ਼ ਰਹਿਣ ਆਪਦੇ ਘਰਦੇ ਤੋਂ ਦੂਰ ਰਹਿੰਦੇ ਪਏ ਆ ਜਿੱਦਾਂ ਮਰਜ਼ੀ ਮੈਂ ਵੀ ਆਪਦੇ ਅੱਜ ਬੜਾ ਘਰਦਿਆਂ ਨੂੰ ਬਹੁਤ ਮਿਸ ਕਰਦਾ ਪਿਆ ਬਟ ਫਿਰ ਵੀ ਪਹਿਲੀ ਦਿਵਾਲੀ ਆ ਬਾਹਰ ਬਾਬਾ ਮਿਹਰ ਰੱਖੇ ਅਤੇ ਹੁਣ ਆਪਾਂ ਹੁਣ ਮੋਟਾ ਰੈਡੀ ਹੋਣ ਡਿਆ ਨਹਾਉਣ ਵੜਿਆ ਹੋਇਆ ਮੈਂ ਰੈਡੀ ਹੋ ਗਿਆ ਬਸ ਆਪਾਂ ਪਰਨਾ ਬੰਨੀਏ ਅਤੇ ਗੁਰੂ ਘਰ ਚੱਲੀਏ ਬਾਹਰ ਦਾ ਵਿਊ ਦੇਖੋ ਤੁਸੀਂ ਟੱਕੇ ਚੱਲਦੇ ਪਏ ਆ ਮਤਲਬ ਸਾਡੇ ਏਰੀਏ 'ਚ ਘੱਟ ਆ ਮਤਲਬ ਬਾਹਰੋਂ ਬਾਹਰ ਜ਼ਿਆਦਾ ਆ ਮੋਟਾ ਸਾਲਾ ਲੇਟ ਹੋ ਗਿਆ ਉਹ ਚਲੇ ਗਏ ਪਹਿਲਾਂ ਹੀ ਮੋਟਾ ਜੈਕਟ ਪਾਉਣ ਗਿਆ ਸੀ ਆ ਜਾ ਮੇਰਾ ਭਰਾ ਮੇਲੀ ਵੀ ਜੈਕਟ ਲੈ ਕੇ ਆਇਆ ਹਾਫ ਪਾਉਂਦੇ ਆਪਾਂ ਵੀ ਫਿਰ ਤੁਹਾਨੂੰ ਦਿਖਾਉਂਦੇ ਅੱਜ ਫੋਟੋ ਸ਼ੂਟ ਵੀ ਕਰਨੀ ਆ ਜੈਕਟ ਪਾਈਏ ਦੈਨ ਆਪਾਂ ਗੱਲ ਕਰਦੇ ਬਾਬੇ ਉਹ ਚੱਲਦੇ ਪਏ ਸਾਹਮਣੇ ਸਾਡੀ ਪਹਿਲੀ ਦਿਵਾਲੀ ਬਾਹਰ ਆ ਗੁਰੂ ਘਰ ਚੱਲੀਏ ਪਹਿਲਾਂ ਮੱਥਾ ਟੇਕ ਕੇ ਅਰਦਾਸ ਕਰਕੇ ਆਈਏ ਫੇਰ ਮਿਲਦੇ ਆ ਉਹਨੂੰ ਛੱਡੋ ਆਪਾਂ ਚੱਲੀਏ ਪਹਿਲਾਂ ਬਾਬੇ ਜੀ ਮੱਥਾ ਟੇਕੀਏ ਬਾਬੇ ਆਹ ਗੁਰਦੁਆਰਾ ਸਾਹਿਬ ਇੱਥੇ ਦੀਵੇ ਚ ਗਏ ਹੁਣ ਆਪਾਂ ਚੱਲੀਏ ਘਰੇ ਪਟਾਕੇ ਚਲਾਉਣ ਵੱਡੇ ਪਟਾਕੇ ਚਲਾਉਣੇ ਆ ਥੋੜੇ ਥੋੜੇ ਚਲਾਉਣੇ ਥੋੜੇ ਦੀਦਾ ਤਾਂ ਮੇਰਾ ਤਾਂ ਭਾਈ ਦਾ ਪਰਨਾ ਸੇਮ ਆ ਕਾਕੇ ਦਾ ਵੀ ਵਰਦਾਨ ਦਾ ਤੇ ਮੇਰਾ ਤਾਂ ਵੀਰੇ ਦਾ ਤੇ ਦੀਦੀ ਦਾ ਸਾਡੇ ਪਰਨੇ ਸੇਮ ਆਪਾਂ ਇੱਥੇ ਜ਼ਿਆਦਾ ਨਾ ਲੋਕਲ ਘੱਟ ਆਉਂਦੇ ਆ ਗੱਡੀਆਂ ਦੂਰੋਂ ਵਾਲੇ ਦੂਰ ਦੂਰ ਜ਼ਿਆਦਾ ਆਉਂਦੇ ਆ ਜਿਹੜੇ ਲੋਕਲ ਵੀ ਆਉਂਦੇ ਉਹ ਵੀ ਗੱਡੀਆਂ 'ਚ ਆਉਣ ਡਿਆ ਇੱਥੇ ਬਹੁਤ ਸਾਰਿਆਂ ਦੀ
ਚੱਲ ਬੀਬਾ ਵੀ ਹੁਣ ਘਰੇ ਆ ਕੇ ਕਹਿ ਕੇ ਚੱਲਦੇ ਆ। ਉਹਨੇ ਕਹਿਣਾ ਗੁਰਦੁਆਰੇ ਦੇ ਮੂਹਰੇ ਆ ਕਰਦੇ ਪਏ। ਓ ਹੋ ਵਾਹਿਗੁਰੂ ਸੱਚੇ ਪਾਤਸ਼ਾਹ ਮਾਫ਼ ਕਰੀ ਬਾਬਾ ਜੀ। कमल दीदी मिस करन डिया, कमल दीदी आई नहीं, कमल दीदी आना 12 बजे तो आ हैगा लौंगिया। सारे जने ने गए कट्ठे, कई कमां ते आ ते कई इत्थे वेले आ हड्डे अरगे। लंडन ब्रिज वाला ते दिवाली वाला ब्लॉग अपना एको ही सीगा। कल आपां राती माड़ा मोटा एंजॉय कीता, बड़ा नहीं मतलब ठीक ठीक माड़ा मोटा अपना फंक्शन कर लिया। ते दिवाली तो बाद आपां दिवाली मनाली मनाली हुण इह ब्लॉग दी आपां एंडिंग कर लगे हां, क्योंकि अगला दिन सुत्ता उठिया जस्ट मैं हुणे ते अपने कामां नूं चलना, ते हुण आपां मिलदे आ अगले नवें ब्लॉग दे विच। ब्लॉग बणे होए आ, ब्लॉग कंटिन्यू करूंगा, बट थोड़ा जिहा टाइम रुकना पैणा मैनूं, कोई थोड़ी थोड़ी सिचुएशन इदां दी आ कि हजे रुक के ब्लॉग अपलोड करूंगा, बट ए वाला ब्लॉग मैं पहला अपलोड कर देना। सो मिलदे आ अगले नैक्सट नवे ब्लॉग दे विच। ते जुड़े रहो, लाइक सबसक्राइब कमेंट शेयर जरूर कर दिओ, ते वॉच करया करो, नाल दी नाल शेयर भी कर दिया करो बंदो। ते मिलदे आ नवे ब्लॉग 'च।